ਤਦਾ ਹੈ ਰੱਬੇ ਜਲੀਲ ਤੇ ਬਬਰਕਤ ਨਾਮ ਤੂੰ ਜਿਹੜਾ ਦਿਲਾਂ ਦੇ ਭੇਦ ਖੂਬ ਜਾਣਦਾ ਹੈ ਵੇਖਣ ਵਾਲੀ ਅੱਖਾਂ ਸੁਣਨ ਵਾਲੇ ਕੰਨਾਂ ਤੁਹਾਨੂੰ ਸ਼ਫਕਤ ਬਾਰੀ ਮੈਂ ਸਦਕੇ ਮੈਂ ਵਾਰੀ ਦਾ ਸਲਾਮ ਪਹੁੰਚੇ ਮੇਰੇ ਚੈਨਲ ਨੂੰ ਵੇਖਣ ਸੁਣਨ ਲਾਈਕ ਤੇ ਸਬਸਕ੍ਰਾਈਬ ਕਰਨ ਵਾਲੇ ਸਾਰੇ ਮੇਰੇ ਭਰਾਵਾਂ ਨੂੰ ਖੁਸ਼ ਆਮਦੀ ਅਜ਼ੀਜ਼ਾਂ ਨੇ ਮਾਨ ਅੱਜ 14 ਅਗਸਤ ਹੈ ਆਜ਼ਾਦੀ ਦਾ ਦਿਨ 1947 ਤੋਂ ਲੱਗ ਕੇ ਅੱਜ ਤੱਕ 76 ਸਾਲ ਹੋ ਗਏ ਨੇ ਇਹ ਸਾਡੇ ਮੁਲਕ ਦੇ ਵਿੱਚ ਆਜ਼ਾਦੀ ਹੈ ਵੀ ਅਬਾਲ ਹਨ ਤਸਵੀਰ ਦੇ ਤੂਤੀਆਂ ਵਾਜੀ ਲੈ ਕੇ ਅਤੇ ਬਾਂ ਬਾਂ ਲਾਈਏ ਵੱਡੇ ਮੁੰਡੇ ਨੇ ਉਹਨਾਂ ਨੇ ਸਕੂਟਰਾਂ ਦੇ ਰਕਸ਼ਿਆਂ ਦੇ ਪੈਸਲੀਆਂ ਸਲੈਂਸਰ ਕੱਢ ਕੇ ਅਤੇ ਬਾਂ ਬਾਂ ਵੀ ਇਸ ਬਾਂ ਬਾਂ ਨਾਲ ਇਹ ਨਹੀਂ ਚੰਗਾ ਵੀ ਇੰਨਾ ਪੈਸਿਆਂ ਦਾ ਤੁਸੀਂ ਇੱਕ ਇੱਕ ਦਰਖਤ ਲੈ ਕੇ ਲਾਓ ਚਾਹ ਅਤੇ ਛਾਂ ਛਾਂ ਲਾਓ ਮੁੰਡੇ ਸਾਡੇ ਨੇ ਅਤੇ ਉਹਨਾਂ ਕੋਲ ਇੰਨੀਆਂ ਇੰਨੀਆਂ ਡਿਗਰੀਆਂ ਨੇ ਕੋਈ ਕੰਮ ਕਾਰ ਨਹੀਂ ਕੋਈ ਨੌਕਰੀਆਂ ਨਹੀਂ ਵਿਚਾਰੇ ਬਾਹਰ ਦੇ ਮੁਲਕਾਂ ਦੇ ਵਿੱਚ ਬਹਿ ਅਤੇ ਕੰਮ ਕਾਰ ਕਰਦੇ ਪਏ ਨੇ ਇੱਥੇ ਅਸੀਂ ਬਹਿ ਅਤੇ ਕੰਮ ਕਰਕੇ ਅਤੇ ਅਸੀਂ ਆਪਦੇ ਵੱਡੇ ਬਜ਼ੁਰਗਾਂ ਨੂੰ ਮੰਜੀਆਂ 'ਤੇ ਬਾਹ 'ਤੇ ਖਵਾ ਨਹੀਂ ਸਕਦੇ ਸਾਡੇ ਬਜ਼ੁਰਗ ਹਾਲੇ ਉਹ ਤਗਾਰੀਆਂ 'ਚ ਆਈ ਬੰਦੇ ਨੇ ਕੰਮ ਕਰਦੇ ਬੰਦੇ ਨੇ ਜਿਹੜੀ ਉਮਰ ਉਹਨਾਂ ਦੀ ਬਹਿ 'ਤੇ ਖਾਣ ਵਾਲੀ ਉਹ ਹੁਣ ਉਹ ਕੰਮ ਕਰਦੇ ਕਾਰ 'ਤੇ ਲੱਗੇ ਹੋਏ ਨੇ ਅਤੇ ਉਹ 20-20 ਸਾਲਾਂ ਬਾਅਦ ਉੱਥੇ ਜੇ ਬਾਹਰ ਦੇ ਮੁਲਕੋਂ ਆਉਣ 'ਤੇ ਕੋਈ ਕਿਸੇ ਜੀਅ ਨੂੰ ਨਾ ਸਿਆਣਨ ਤਾਂ ਇਸ ਬਾਂ ਬਾਂ ਨਾਲੋਂ ਇਹ ਨਹੀਂ ਚੰਗਾ ਅਸੀਂ ਕੋਈ ਆਪਦੇ ਮੁਲਕ ਦੀ ਆਜ਼ਾਦੀ ਦੀ ਦੁਆ ਮੰਗੀਏ ਵੀ ਜਿਹਦੇ ਨਾਲ ਆਜ਼ਾਦ ਹੋਈਏ ਸਾਨੂੰ ਕਿਸੇ ਨੇ ਕੀ ਤਾਂ ਕੀ ਫੜਨਾ ਅਸੀਂ ਇੱਕ ਦੂਜੇ ਨੂੰ ਆਪ ਹੀ ਫੜ ਫੜ ਕੇ ਅੰਦਰ ਕੀਤੀ ਜਾਂਦੇ ਹਾਂ ਉਹ ਐਵੇਂ ਉਹ ਨਾਲ ਬੰਦਾ ਆਪਦੇ ਵਿਰਾਹ ਦੇ ਘਰ ਗਿਆ ਅਤੇ ਅੱਗੂ ਉਹ ਬਾਲ ਉਹ ਡਰਾਮਾ ਲਾ ਕੇ ਅਤੇ ਉੱਚੀ ਉੱਚੀ ਆਵਾਜ਼ ਅਤੇ ਉਹਨੇ ਪੁੱਛਿਆ ਵੀ ਤੁਹਾਡਾ ਪਿਓ ਕਿਤੇ ਹੈ ਆਖੇ ਪਿਓ ਅਵਤਾਪ ਨਾਲ ਪਿਆ ਹੋਇਆ ਲੈ ਦੱਸੋ ਪਿਓ ਵੇਲਣੇ 'ਚ ਟੱਪਦਾ ਪਿਆ ਅਤੇ ਔਲਾਦਾਂ ਨੂੰ ਡਰਾਮਿਆਂ ਦੀ ਪਈ